ਖਰੀਦ ਕੇ ਬਲੈਰੋ ਪ੍ਰਾਈਵੇਟ ਗੱਡੀ ਦੇ ਉੱਤੇ ਪੰਜਾਬ ਪੁਲਿਸ ਲਿਖਿਆ ਹੋਇਆ, ਇਹਨਾਂ ਲੋਕਾਂ ਨੂੰ ਚੋ ਸੀਗਾ ਕਿਉਂਕਿ ਇਹ ਆਮ ਘਰਾਂ 'ਚ ਉੱਠੇ ਹੋਏ ਨੇ, ਫਿਰ ਸਿਕਿਉਰਿਟੀ ਵੀ ਰੱਖ ਲਈ। ਤੀਜਾ ਵਾਅਦਾ ਇਹਨਾਂ ਨੇ ਕੀਤਾ ਕਿ ਅਸੀਂ ਪਰਿਵਾਰਵਾਦ ਦੀ ਰਾਜਨੀਤੀ ਖਤਮ ਕਰਾਂਗੇ, ਆਪਣੇ ਚਾਰੇ ਭਰਾਵਾਂ ਨੂੰ ਇੱਥੇ ਲਿਆਉਂਦਾ ਤੇ ਲੁੱਟ ਹੁੰਦੀ ਹੈ, ਜੇ ਕਿਸੇ ਨੇ ਘਰ ਪਾਉਣਾ ਤਾਂ ਵੀ NOC ਦੇ ਨਾਮ ਦੇ ਪੈਸੇ, ਜੇ ਕਿਸੇ ਨੇ ਦੁਕਾਨ ਪਾਉਣੀ ਹੈ ਤਾਂ ਵੀ ਪੈਸੇ, ਪੂਰੀ ਹਲਕੇ ਦੇ ਵਿੱਚ ਲੁੱਟ ਹੋ ਰਹੀ ਹੈ। ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ, ਔਰ ਜੇ ਇਹ BJP ਦੀ ਸਰਕਾਰ ਹੈ, ਇਹ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰੀ ਇਹਨੂੰ ਬੁਲਾਇਆ, ਇਹ ਗਿਆ ਨਹੀਂ। ਕਿਉਂ ਨਹੀਂ ਗਿਆ? ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ। ਔਰ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ, ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ, ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ? ਦੇਖੋ, ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਗਏ ਨੇ, ਜੋ ਸੱਚੇ ਹੁੰਦੇ ਤਾਂ ਉਹ ED ਦੇ ਅੱਗੇ ਪੇਸ਼ ਹੁੰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ A1 ਮੀਡੀਆ ਚੈਨਲ ਨਿਊਜ਼ ਤੇ ਸ਼ਬਦਾਂ ਦੀ ਤਾਕਤ। ਮੈਂ ਅਵਤਾਰ ਚੰਦ ਧਰਮਸੋ ਤੋਂ, ਤੇ ਅੱਜ ਜਿੱਦਾਂ ਤੁਹਾਨੂੰ ਪਤਾ ਹੈ ਕਿ ਨਾਭੇ ਦੇ ਵਿੱਚ ਇੱਕ BJP ਦੀ ਜਿਹੜੀ ਆਪਣੇ ਮੀਟਿੰਗ ਉਹ ਰੱਖੀ ਹੈ ਤੇ ਰੈਲੀ, ਤੇ ਜਿੱਥੇ ਤੁਹਾਨੂੰ ਪਤਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਵੱਖ ਵੱਖ ਪਾਰਟੀਆਂ ਨੇ ਉਹ ਗੁਰਮਾਈਆਂ ਹੋਈਆਂ ਨੇ, ਤੇ ਉਹ ਆਪਣਾ ਆਪਣਾ ਜਿਹੜਾ ਜ਼ੋਰ ਆ ਉਹ ਦਿਖਾ ਰਹੀਆਂ ਨੇ। ਇਸ ਕਰਕੇ ਅੱਜ ਨਾਭਾ ਸ਼ਹਿਰ ਦੇ ਨੁਮਾਇਣ ਕਲੱਬ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਅੱਜ ਵਿਸ਼ੇਸ਼ ਮੌਕੇ ਤੇ ਪਹੁੰਚੇ ਸਨ, ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ, ਤਾਂ ਨਾਲ ਤੁਹਾਨੂੰ ਦਿਖਾਉਣਾ ਲਾਈਵ ਤਸਵੀਰਾਂ। ਲੋਕ ਸਭਾ ਚੁਣਾਵ ਜਿਹੜਾ ਹੈਗਾ ਅਖਾੜਾ ਭਖਦਾ ਨੀਚੇ, ਅੱਜ ਜੁਆਇਨਿੰਗ ਵੀ ਹੋ ਰਹੇ ਨੇ ਕਾਫੀ ਚੁੱਪ ਯਾਰ, ਵਧੀਆ ਦੇਖ ਰਹੇ, ਸ਼ੁਰੂਆਤ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਧਦੀ ਜਾਊਗੀ ਔਰ ਅੰਤ ਦੇ ਵਿੱਚ ਨਤੀਜੇ ਵੀ ਵਧੀਆ ਨਿਕਲਣਗੇ। ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ, ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ। ਤੋ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਦੇਖਣਾ। ਮੈਮ, ਲਗਾਤਾਰ ਆਮ ਆਦਮੀ ਪਾਰਟੀ BJP ਤੇ ਤੰਜ ਕੱਸ ਰਹੀ ਹੈ ਵੀ ਇਹਨਾਂ ਨੇ ਗਲਤ ਤਰੀਕੇ ਨਾਲ, ਨਜਾਇਜ਼ ਢੰਗ ਤਰੀਕੇ ਨਾਲ ਗ੍ਰਿਫਤਾਰੀਆਂ ਹੋਰ ਮੰਤਰੀਆਂ ਦੀਆਂ ਵੀ ਤੇ ਮੁੱਖ ਮੰਤਰੀ ਦੀ ਵੀ ਕੀਤੀ ਆ। ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ, ਔਰ ਜੇ ਇਹ BJP ਦੀ ਸਰਕਾਰ ਹੈ, ਇਹ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰੀ ਇਹਨੂੰ ਬੁਲਾਇਆ, ਇਹ ਗਿਆ ਨਹੀਂ। ਕਿਉਂ ਨਹੀਂ ਗਿਆ? ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ, ਅਤੇ ਇਹ ਨੌਬਤ ਵੀ ਨਾ ਆਉਂਦੀ ਅੱਜ। ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀਂ ਹੋ ਰਿਹਾ ਹੈ, ਔਰ ਮੈਂ ਤਾਂ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ, ਦੂਜਿਆਂ ਨੂੰ
ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ? ਇੱਕ ਸਿੱਧੂ ਮੂਸੇਵਾਲਾ ਦੇ ਫਾਦਰ ਨੂੰ ਜਿਹੜਾ ਲੈਟਰ ਆਇਆ ਉਹਦੇ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਸੀ? ਦੇਖੋ ਮੇਰੇ ਮੁਤਾਬਕ ਇਹ ਲੈਟਰ ਨਹੀਂ ਆਉਣਾ ਚਾਹੀਦਾ ਸੀ, ਕਿਉਂਕਿ ਪਤਾ ਨਹੀਂ ਕੋਈ ਕਾਨੂੰਨ ਹੋਊਗਾ ਉਸਦੇ ਤੌਰ 'ਤੇ ਉਹਨਾਂ ਨੇ ਕਿਹਾ, ਮੈਂ ਤਾਂ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ, ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਨੇ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦੇ। ਮੂਸੇਵਾਲਾ ਦੇ ਫਾਦਰ ਕਹਿ ਰਹੇ ਨੇ ਪੰਜਾਬ ਸਰਕਾਰ ਸਾਨੂੰ ਤੰਗ ਕਰ ਰਹੀ ਹੈ ਅਤੇ ਉਹ ਵੀ ਖਿਲਾਫ਼ ਹੋ ਗਏ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪੋਲਸੀ ਗਲਤ ਆ, ਫਿਰ ਇਹਨਾਂ ਨੇ ਪੋਲਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ। ਕਿਸ ਤਰ੍ਹਾਂ ਦੇ 90,000 ਮੇਨ ਸੀ ਇਹਨਾਂ ਦੇ ਵਿੱਚ? ਚਲੋ ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਿਡ ਔਰ ਸੋਸ਼ਲ ਐਕਟਿਵਿਸਟ ਹੈਗੇ ਨੇ, ਤਾਂ ਉਹਨਾਂ ਨੇ ਜੋ ਕਿਹਾ ਕੁਛ ਸੋਚ ਸਮਝ ਕੇ ਹੀ ਕਿਹਾ ਹੋਣਾ। ਕਿਸ ਤਰ੍ਹਾਂ ਦੇਖ ਲਓ, ਇੱਕ ਤੋਂ ਬਾਅਦ ਇੱਕ ਸਲਾਖਾਂ ਪਿੱਛੇ ਪਹੁੰਚ ਗਏ, ਲੱਗਦਾ ਵੀ ਸਰਕਾਰ ਖਤਮ ਹੋ ਜਾਣੀ ਹੈ, ਇਸ ਤਰ੍ਹਾਂ ਦੇਖ ਲਓ? ਨਹੀਂ ਉਹ ਨਹੀਂ ਮੈਂ ਕਹਿ ਸਕਦਾ। ਚਲੋ ਜੀ ਖਰੀਦ ਕੇ ਬਲੈਰੋ ਪ੍ਰਾਈਵੇਟ ਗੱਡੀ ਦੇ ਉੱਤੇ ਪੰਜਾਬ ਪੁਲਿਸ ਲਿਖਿਆ ਹੋਇਆ ਹੈਗਾ, ਲੋਕਾਂ ਨੂੰ ਚਾਉ ਸੀਗਾ ਕਿਉਂਕਿ ਇਹ ਆਮ ਘਰਾਂ 'ਚ ਉੱਠੇ ਹੋਏ ਨੇ, ਫਿਰ ਸਿਕਿਉਰਿਟੀ ਵੀ ਰੱਖ ਲਈ। ਤੀਜਾ ਵਾਅਦਾ ਇਹਨਾਂ ਨੇ ਕੀਤਾ ਕਿ ਅਸੀਂ ਪਰਿਵਾਰਵਾਦੀ ਰਾਜਨੀਤੀ ਖਤਮ ਕਰਾਂਗੇ, ਆਪਣੇ ਚਾਰੇ ਭਰਾਵਾਂ ਨੂੰ ਇੱਥੇ ਲਿਆਂਦਾ ਤੇ ਲੁੱਟ ਹੁੰਦੀ ਹੈ, ਜੇ ਕਿਸੇ ਨੇ ਘਰ ਪਾਉਣਾ ਤਾਂ ਵੀ NOC ਦੇ ਨਾਂ ਤੇ ਪੈਸੇ, ਜੇ ਕਿਸੇ ਨੇ ਦੁਕਾਨ ਪਾਉਣੀ ਹੈ ਤਾਂ ਵੀ ਪੈਸੇ, ਪੂਰੀ ਹਲਕੇ ਦੇ ਵਿੱਚ ਲੁੱਟ ਹੋ ਰਹੀ ਹੈ। ਤੇ ਆਮ ਘਰਾਂ ਦੇ ਜਿਹੜੇ ਵਿਧਾਇਕ ਨੇ, ਜੇ ਮੈਂ ਗੱਲ ਕਰਾਂ ਮੋਗੇ ਵਾਲੀ ਭੈਣ ਦੀ, ਤਾਂ ਉਹ ਸਰਕਾਰੀ ਹਸਪਤਾਲ ਵਿੱਚ ਲੱਗੇ ਹੋਏ AC ਲੈ ਗਈ। ਜੇ ਮੈਂ ਗੱਲ ਕਰਾਂ NRI ਭਰਾਵਾਂ ਦੀ, ਤਾਂ NRI ਜਿਹੜੇ ਭਰਾ ਨੇ ਉਹਨਾਂ ਦੀਆਂ ਇੱਥੇ ਕੋਠੀਆਂ ਦੱਬ ਲਈਆਂ। ਨਸ਼ਾ ਅੱਜ ਵੀ ਪੰਜਾਬ ਵਿੱਚ ਵਿਕ ਰਿਹਾ, ਬਹੁਤ ਸਾਰੀਆਂ ਗੱਲਾਂ ਨੇ, ਪਰ ਅੱਜ ਕੋਈ ਰਾਜਨੀਤਿਕ ਭਾਸ਼ਣ ਨਹੀਂ ਕਰਨਾ, ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸੂੰਗਾ ਕਿ ਅੱਜ ਤੁਹਾਡੇ ਪੁੱਤ ਵਰਿੰਦਰ ਬਿੱਟੂ ਉੱਤੇ ਇੱਕ ਪਰਚਾ ਹੋਰ ਹੋ ਗਿਆ। ਕੱਲ ਮੇਰੇ ਪਿਤਾ ਜੀ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ, ਕਹਿੰਦੇ ਜੀ ਸਾਡੀ ਮਜਬੂਰੀ ਹੈ, ਤੁਹਾਡਾ ਬੇਟਾ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੇ ਖਿਲਾਫ਼ ਬੋਲਦਾ ਹੈ। ਪੱਤਰਕਾਰ ਭਾਈ ਜਰਾ ਬੈਠਾ ਹੈ, ਕਲੰਦਰਾ ਤਿਆਰ ਕਰਕੇ SDM ਦਫ਼ਤਰ ਉਹਨਾਂ ਨੇ ਭੇਜਤਾ ਹੈ, ਪਰ ਮੈਂ ਕੱਲ ਵੀ SHO ਨੂੰ ਕਹੀ ਸੀ ਇੰਦਰਜੀਤ ਨੂੰ ਗੱਲ, ਮੈਂ ਅੱਜ ਵੀ ਲਾਈਵ ਹੋ ਕੇ ਕਹਿ ਰਿਹਾ ਕਿ ਵਰਿੰਦਰ ਬਿੱਟੂ ਆਪਣੇ ਆਖਰੀ ਸਾਹ ਤੱਕ ਮਹਾਰਾਣੀ ਪਰਨੀਤ ਕੌਰ ਜੀ ਦੇ ਹੱਕ ਵਿੱਚ ਡਟ ਕੇ ਬੋਲੂਗਾ, ਜਿੰਨਾ ਜੋਰ ਲਾਉਣਾ ਲਾਉਣਾ, ਜਿੰਨੇ ਪਰਚੇ ਕਰਾਉਣੇ ਕਰਾ ਲੈ, ਜਿੰਨਾ ਤੰਗ ਕਰੇਗਾ ਵੱਧ ਚੜ ਕੇ ਕੰਮ ਕਰਾਂਗੇ, ਵੱਧ ਚੜ ਕੇ ਮਿਹਨਤ ਕਰਾਂਗੇ ਤੇ ਦਿਨ ਦੁੱਗਣੀ ਰਾਤ ਚੌਗਣੀ ਭਾਰਤੀ ਜਨਤਾ ਪਾਰਟੀ ਨੂੰ ਤਰੱਕੀ ਨਾਲ ਹਲਕੇ ਵਿੱਚ ਕਰਵਾਵਾਂਗੇ। ਮਾਤਾ ਕੀ, ਇੱਕ ਗੱਲ ਹੋਰ ਯਾਦ ਰੱਖਿਓ, ਪਹਿਲਾਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਨੂੰ ਕਿਵੇਂ ਡੀਲ ਕਰਦੇ ਸੀ ਮੈਨੂੰ ਨਹੀਂ ਪਤਾ, ਪਰ ਅਗਰ ਹੁਣ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਰਿਆਕਰਤਾ ਨੂੰ, ਕਿਸੇ ਅਹੁਦੇਦਾਰ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਕਰ ਪਾਰਟੀ ਵਾਲੇ ਇੱਕ ਗੱਲ ਸੁਣ ਲਿਆ, ਤੋਤੇ ਉਡਾ ਦੇਣਗੇ, ਤੋਤੇ ਗੱਲ ਯਾਦ ਰੱਖਿਓ, ਮੇਰੇ ਹਲਕੇ 'ਚ ਮੈਂ ਬਿਲਕੁਲ ਧੱਕਾ ਨਹੀਂ ਹੋਣ ਦੇਣਾ। ਸੋ ਹੁਣ ਮੈਂ ਬੇਨਤੀ ਕਰੂੰਗਾ, ਮਹਾਰਾਣੀ ਪਰਨੀਤ ਕੌਰ ਜੀ ਸਾਡੇ ਨਾਭੇ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਆਏ ਨੇ, ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ, ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਤੇ ਮਹਾਰਾਣੀ ਜੀ ਦਾ ਸ਼ਾਨਦਾਰ ਜਿਹੜਾ ਸਵਾਗਤ ਨਾਭੇ ਹਲਕੇ 'ਚ ਕੀਤਾ ਗਿਆ ਤੇ ਤੁਹਾਨੂੰ 2024 ਦੇ ਵਿੱਚ ਹੈਰਾਨੀਜਨਕ ਜਿਹੜੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ। ਆਮ ਆਦਮੀ ਪਾਰਟੀ ਬੁਰੇ ਤਰੀਕੇ ਨਾਲ ਪੂਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀ ਉਹ ਹਾਰੇਗੀ। ਦੇਖੋ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਗਏ ਨੇ, ਜੋ ਸੱਚੇ ਹੁੰਦੇ ਤਾਂ ਉਹ ED ਦੇ ਅੱਗੇ ਪੇਸ਼ ਹੁੰਦੇ।